ਯੂਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹੁਣੇ-ਹੁਣੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਇੱਕ ਉਡਦੇ ਜਹਾਜ਼ ਦੇ ਵਿੱਚ ਪਾਇਲਟ ਦੀ ਮੌਤ ਹੋ ਗਈ ਹੈ ਜਿਨ੍ਹਾਂ ਤੁਹਾਨੂੰ ਦੱਸਦੀ ਹੈ ਕਿ ਜਹਾਜ਼ 34000 ਫੁੱਟ ਦੀ ਉਚਾਈ ਦੇ ਉੱਤੇ ਉੱਡ ਰਿਹਾ ਸੀ ਤੇ ਉਸੇ ਸਮੇਂ ਅਚਾਨਕ ਜਿਹੜੀ ਉਹ ਪਾਇਲਟ ਦੀ ਡੈਥ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੈਂਕੜੇ ਸਵਾਰੀਆਂ ਜਹਾਜ਼ ਦੇ ਵਿੱਚ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਹੈ 에ਅਰਲਾਈਨ ਦੇ ਵੱਲੋਂ ਇੱਕ ਟਵੀਟ ਜਾਰੀ ਕਰਦੇ ਹੋਏ ਕਿਹਾ ਗਿਆ ਕਿ ਮ੍ਰਿਤਕ ਪਾਇਲਟ ਦੀ ਉਮਰ 59 ਸਾਲ ਸੀ ਤੇ ਉਹ 2007 ਤੋਂ 에어ਲਾਈਨ ਦੇ ਨਾਲ ਕੰਮ ਕਰ ਰਿਹਾ ਸੀ ਤੇ ਇਸ 에어ਲਾਈਨ ਦਾ ਨਾਮ ਤੁਰਕੀ 에어ਲਾਈਨ ਦੱਸਿਆ ਜਾ ਰਿਹਾ ਹੈ ਉਸ ਨੇ ਮਾਰਚ ਦੇ ਵਿੱਚ ਹੀ ਆਪਣੀ ਡਾਕਟਰੀ ਪਾਸ ਕੀਤੀ ਸੀ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸ ਨੂੰ ਸਿਹਤ ਪ੍ਰਤੀ ਕੋਈ ਵੀ ਸਮੱਸਿਆ ਦੇ ਸੰਕੇਤ ਨਜ਼ਰ ਨਹੀਂ ਆਏ ਸਨ ਇਸ ਪੂਰੀ ਘਟਨਾ ਦੇ ਵਿੱਚ ਉਹ ਜਿਹੜੀ ਫਲਾਈਟ ਦੇ ਵਿੱਚ ਮੌਜੂਦ ਯਾਤਰੀਆਂ ਨੂੰ ਹਾਲਾਂਕਿ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਿਵੇਂ ਹੀ ਪਾਇਲਟ ਦੀ ਡੈਥ ਹੁੰਦੀ ਹੈ ਪੂਰੇ ਜਹਾਜ਼ ਦੇ ਵਿੱਚ ਯਾਤਰੀਆਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਜਿਹੜਾ ਪਾਇਆ ਜਾਂਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਜਹਾਜ਼ ਅੱਜ ਨੂੰ ਬਾਅਦ ਵਿੱਚ ਨਿਊਯਾਰਕ ਦੇ 에어ਪੋਰਟ ਦੇ ਉੱਤੇ ਐਮਰਜੈਂਸੀ ਲੈਂਡਿੰਗ ਕਰਕੇ ਜਿਹੜਾ ਆ ਉਹ ਯਾਤਰੀਆਂ ਨੂੰ ਬਚਾ ਲਿਆ ਗਿਆ ਤੇ ਕਾਫੀ ਘੰਟੇ ਉੱਥੇ ਹੀ ਯਾਤਰੀਆਂ ਨੂੰ ਇੰਤਜ਼ਾਰ ਕਰਨਾ ਪਿਆ ਟਵਿੱਟਰ ਉੱਤੇ ਹੋਰ ਜਾਣਕਾਰੀ ਦਿੰਦਿਆਂ ਹੋਇਆ 에어ਲਾਈਨ ਦੇ ਕਰਮਚਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਦੇ ਸਿਆਟਲ ਸ਼ਹਿਰ ਤੋਂ ਉਡਾਨ ਭਰੀ ਗਈ ਸੀ ਤੇ ਉਹਨਾਂ ਨੇ ਲਿਖਿਆ ਕਿ ਸਾਡੀ 에어ਬੱਸ 350 ਫਲਾਈਟ TK204 ਦਾ ਇੱਕ ਪਾਇਲਟ ਸਿਆਟਲ ਤੋਂ ਸਤਾਨ ਬੋਲ ਦੇ ਲਈ ਜਿਹੜੀ ਆ ਉਹ ਫਲਾਈਟ ਭਾਰ ਰਿਹਾ ਸੀ ਤੇ ਜਿਹੜਾ ਉਡਾਨ ਭਰਦੇ ਸਮੇਂ ਹੀ ਬਿਉਸ਼ ਹੋ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਫਾਸਟ ਏਡ ਜਿਹੜੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਸਫਲ ਕੋਸ਼ਿਸ਼ ਨਹੀਂ ਇਸ ਤੋਂ ਬਾਅਦ ਦੂਜੇ ਪਾਇਲਟਾਂ ਦੇ ਵੱਲੋਂ ਜਹਾਜ਼ ਨੂੰ ਅਮਲੇ ਦੇ ਵਿੱਚ ਲੈ ਕੇ ਐਮਰਜੈਂਸੀ ਲੈਂਡਿੰਗ ਕਰਨ ਦਾ ਫੈਸਲਾ ਕਰ ਲਿਆ ਗਿਆ ਤੇ ਪਾਇਲਟ ਦੀ ਉਸੇ ਸਮੇਂ ਹੀ ਮੌਤ ਹੋ ਚੁੱਕੀ ਸੀ ਸੋ ਬੇਹਦ ਇਹ ਜਿਹੜੀ ਮੰਦ ਭਾਗੀ ਖਬਰ ਹੁਣ ਨਿਕਲ ਕੇ ਆ ਰਹੀ ਹੈ ਕਿ ਤੁਰਕੀ 에ਅਰਲਾਈਨ ਦੀ ਜਿਹੜੀ ਫਲਾਈਟ ਸੀ ਜਿਸ ਦੌਰਾਨ ਫਲਾਈਟ 34000 ਫੁੱਟ ਦੀ ਉਚਾਈ ਤੇ ਸੀ ਜਿਸ ਸਮੇਂ ਪਾਇਲਟ ਪਾਇਲਟ ਦੀ ਮੌਤ ਹੋ ਜਾਂਦੀ ਹੈ ਤੇ ਵੱਡਾ ਹਾਸਾ ਹੋਣ ਤੋਂ ਦੂਸਰੇ ਪਾਇਲਟਾਂ ਦੇ ਵੱਲੋਂ ਵਿਚਾਰ ਲਿਆ ਜਾਂਦਾ ਹੈ